ਮੈਂ ਬੇਟੇ ਦਾ ਵਿਆਹ ਕੀਤਾ ਸੀਗਾ ਜੀ, 1.25 ਸਾਲ ਹੋ ਚੱਲਿਆ। ਕੁੜੀ ਨੂੰ ਕਨੇਡਾ ਭੇਜਿਆ, ਪੈਸੇ ਮੈਂ ਲਾਏ ਸਾਰਾ, ਸਭ ਕੁਛ ਕੀਤਾ। ਉਸ ਤੋਂ ਬਾਅਦ ਵੀ ਪੈਸੇ ਮੈਂ ਭੇਜੇ ਆ। ਪਰੇਸ਼ਾਨ ਸੀਗਾ, ਪਰੇਸ਼ਾਨੀ ਦੇ ਹੱਥ 'ਚ ਇਹਨੇ ਆਪਣੇ ਪਜਾਮੇ ਨਾਲ ਗਲ 'ਚ ਪਾ ਕੇ ਪੱਕੇ ਨਾਲ ਪਾ ਲੈਂਦੇ। ਹੁਣ ਫਿਰ ਮੇਰੇ ਤੋਂ ਪੈਸੇ ਮੰਗਵਾਉਂਦੀ ਸੀਗੀ, ਪਰ ਮੇਰਾ ਬੇਟਾ ਇੱਥੇ ਪਰੇਸ਼ਾਨੀ ਦੇ ਵਿੱਚ ਹੀ ਉਹ ਆਤਮ ਹੱਤਿਆ ਕਰ ਲਈ। ਉਹਨੇ ਇਹਨੂੰ ਬਲੈਕਮੇਲ ਕੀਤਾ, ਜਾਂ ਉਹਨੇ ਨਾ ਇਹਨੂੰ ਫੋਨ ਕਰਦੀ ਸੀਗੀ, ਨਾ ਲੈਣਾ ਨਾ ਦੇਣਾ, ਨਾ ਉਲਟਾ ਕਈ ਵਾਰੀ ਉਲਟ ਪੁਲਟ ਵੀ ਕਹਿ ਦਿੰਦੀ ਸੀਗੀ। ਬਾਈ 23 ਮੈਂ ਲੱਗਾ ਇੱਥੇ ਦੀ ਹੈ ਕੁੜੀ, ਕੁੜੀ ਇੱਥੇ ਬਾਬੇ ਕਰੀਏ ਦੇ। ਤੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਇਹਨਾਂ ਦੇ? ਕੀ ਨਾਮ? 2 ਸਾਲ ਹੋ ਗਏ। ਸਾਡਾ ਬੱਚਾ ਜਵਾਨ ਚ ਲੱਗਿਆ ਸਾਡੇ ਇੱਥੋਂ, ਪੈਸੇ ਵੀ ਅਸੀਂ ਖਰਚੇ, ਸਾਰਾ ਕੁਛ ਅਸੀਂ ਕੀਤਾ। ਹਰੀਸ਼ ਜੀ ਕੀ ਹੋਇਆ ਤੁਹਾਡੇ ਬੇਟੇ ਨਾਲ? ਮੈਂ ਬੇਟੇ ਦਾ ਵਿਆਹ ਕੀਤਾ ਸੀਗਾ ਜੀ, 1.25 ਸਾਲ ਹੋ ਚੱਲਿਆ। ਕੁੜੀ ਨੂੰ ਕਨੇਡਾ ਭੇਜਿਆ, ਪੈਸੇ ਮੈਂ ਲਾਏ ਸਾਰਾ, ਸਭ ਕੁਛ ਕੀਤਾ। ਉਸ ਤੋਂ ਬਾਅਦ ਵੀ ਪੈਸੇ ਮੈਂ ਭੇਜੇ ਆ। ਹੁਣ ਫਿਰ ਮੇਰੇ ਤੋਂ ਪੈਸੇ ਮੰਗਵਾਉਂਦੀ ਸੀਗੀ, ਪਰ ਮੇਰਾ ਬੇਟਾ ਇੱਥੇ ਪਰੇਸ਼ਾਨੀ ਦੇ ਵਿੱਚ ਹੀ ਉਹ ਆਤਮ ਹੱਤਿਆ ਕਰ ਲਈ। ਤੁਹਾਨੂੰ ਵੀ ਲੱਗਦਾ ਹੁਣ ਤੁਸੀਂ ਆਪਣੇ ਨੌਂ ਦੇ ਲਾਉਂਦੇ ਹੋ? ਹਾਂਜੀ, ਨੌਂ ਦੀ ਖਾਤਰ ਤੁਸੀਂ ਹੋਣ ਵਾਲੇ। ਉਹਨੇ ਇਹਨੂੰ ਬਲੈਕਮੇਲ ਕੀਤਾ, ਜਾਂ ਉਹਨੇ ਨਾ ਇਹਨੂੰ ਫੋਨ ਕਰਦੀ ਸੀਗੀ, ਨਾ ਲੈਣਾ ਨਾ ਦੇਣਾ, ਨਾ ਉਲਟਾ ਕਈ ਵਾਰੀ ਉਲਟ ਪੁਲਟ ਵੀ ਕਹਿ ਦਿੰਦੀ ਸੀਗੀ। ਕਿੰਨੇ ਸਾਲ ਦੀ ਉਮਰ ਮੁੰਡੇ ਦੀ? ਬਾਈ 23 ਮੈਂ ਲੱਗਾ। ਕਿੱਥੇ ਦੀ ਹੈ ਕੁੜੀ? ਕੁੜੀ ਇੱਥੇ ਬਾਬੇ ਕਰੀਏ ਦੇ। ਤੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਇਹਨਾਂ ਦੇ? ਕੀ ਨਾਮ? 2 ਸਾਲ ਹੋ ਗਏ। ਕੁੜੀ ਦਾ ਨਾਮ? ਨਾਮ ਕੀ ਸੀ ਕੁੜੀ ਦਾ? ਗੀਤਾਂਜਲੀ। ਕਾਕੇ ਦਾ ਨਾਮ ਕੀ? ਜਤਨ ਕੁਮਾਰ। ਕੀ ਮੰਗ ਕਰਦੇ ਤੁਸੀਂ? ਮੰਗ ਹੀ ਸਾਡਾ ਇਨਸਾਫ ਹੋਣਾ ਚਾਹੀਦਾ, ਸਾਨੂੰ ਮੰਗ ਤਾਂ ਇਹੀ ਹੈ ਸਾਡੀ, ਇਨਸਾਫ ਹੋਣਾ। ਸਾਡਾ ਬੱਚਾ ਜਵਾਨ 'ਚ ਲੱਗਿਆ ਸਾਡੇ ਇੱਥੋਂ, ਪੈਸੇ ਵੀ ਅਸੀਂ ਖਰਚੇ, ਸਾਰਾ ਕੁਛ ਅਸੀਂ ਕੀਤਾ। ਇਹ ਮਾਮਲਾ ਮੁੰਡਾ ਸੀ 23-24 ਸਾਲ ਦਾ, ਜਤਨ ਕੁਮਾਰ ਪੁੱਤਰ ਹਰੀਸ਼ ਕੁਮਾਰ, ਗਲੋਰੀ ਮਸ਼ੀਨ ਲੱਗ ਕੇ ਘਰ ਦਾ। ਇੱਕ 2-4 ਦਿਨਾਂ 'ਚ ਉਹਦੇ ਬਾਪ ਨੇ ਮੈਂ ਲਿਖਿਆ ਕਿ ਪਰੇਸ਼ਾਨ ਸੀਗਾ, ਪਰੇਸ਼ਾਨੀ ਦੇ ਹੱਥ 'ਚ ਇਹਨੇ ਆਪਣੇ ਪਜਾਮੇ ਨਾਲ ਗਲ 'ਚ ਪਾ ਕੇ ਪੱਕੇ ਨਾਲ ਪਾ ਲੈਂਦੇ। ਕੀ ਕਾਰਵਾਈ ਕਰ ਰਹੇ? 174 ਸੀ। ਕਾਰਨ ਕੀ ਸਰ? ਉਹਦਾ ਕਾਰਨ ਪਰੇਸ਼ਾਨ ਸੀਗੇ, ਉਹਦੇ ਬਾਪ ਕਹਿੰਦਾ ਪਤਾ ਨਹੀਂ, ਸਾਨੂੰ ਦੱਸਿਆ ਨਹੀਂ ਸੀ। ਕੋਈ ਉਹਨਾਂ ਨੇ ਕੋਈ ਇਲਜ਼ਾਮ ਵੀ ਲਗਾਇਆ ਕਿਸੇ ਆਪਣੇ ਮੂੰਹ 'ਤੇ? ਨਹੀਂ, ਫਿਲਹਾਲ ਕੋਈ ਵਿਆਹ ਵੀ ਹੋਇਆ ਜਾਂ ਕੁਵਾਰਾਂ 'ਚ ਮੁੰਡਾ? ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।